ਅਖੰਡ ਪਾਠ ਜਾਂ ਸਹਿਜ ਪਾਠ ਦੇ ਭੋਗ ਦੀ ਮਰਯਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਸਾਲ ਪਹਿਲਾਂ ਦੀ ਗੱਲ ਹੈ, ਦਾਸ ਇੱਕ ਗੁਰਦੁਆਰਾ ਸਾਹਿਬ ਅੰਦਰ ਪਾਠ ਦੇ ਭੋਗ ਪੈਣ ਸਮੇਂ ਹਾਜ਼ਰ ਸੀ। ਭੋਗ ਪਾਉਣ ਵਾਲੇ ਗ੍ਰੰਥੀ ਸਿੰਘ ਨੇ ਰਾਗਮਾਲਾ ਦਾ ਪਾਠ ਕਰਕੇ ਜਪ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਜਪਜੀ ਦੇ ਪਾਠ ਦੀ ਸਮਾਪਤੀ ਪਿੱਛੋਂ ਸ਼ਬਦ ਹਜ਼ਾਰੇ ਵਾਲੇ ਸ਼ਬਦਾਂ ਨੂੰ ਚੁਣ ਚੁਣ ਕੇ ਪਾਠ ਕਰਦਾ ਰਿਹਾ। ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਮੈਂਬਰ ਬੈਠੇ ਸਨ। ਉਹਨਾਂ ਕਿਹਾ, ਸਾਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਚੁੱਕਾ ਹੈ, ਦੁਬਾਰਾ ਜਪ ਬਾਣੀ ਤੇ ਹੋਰ ਚੁਣ ਕੇ ਸ਼ਬਦਾਂ ਦਾ ਪਾਠ ਕਰਕੇ ਭੋਗ ਪਾਉਣਾ ਕੋਈ ਮਹੱਤਤਾ ਨਹੀਂ ਰੱਖਦਾ। ਤਾਂਹੀਓ ਸਾਡੇ ਨੌਜਵਾਨ ਧਰਮ ਦੀਆਂ ਬੇਲੋੜੀਆਂ ਰਸਮਾਂ ਦੇਖ ਕੇ ਕਾਮਰੇਡ ਬਣੀ ਜਾ ਰਿਹਾ। ਉਸ ਸਮੇਂ ਮੈਂ ਉਹਨਾਂ ਦੀ ਕਹੀ ਗੱਲ ਬਾਰੇ ਬਹੁਤਾ ਧਿਆਨ ਨਾ ਦਿੱਤਾ। ਕੁਝ ਦਿਨ ਹੋਏ ਇੱਕ ਗੁਰਦੁਆਰਾ ਸਾਹਿਬ ਵਿਖੇ ਭੋਗ ਦੇ ਸਲੋਕ ਪੜ੍ਹੇ ਜਾ ਰਹੇ ਸਨ ਤੇ ਸਾਰੇ ਸਮਾਗਮ ਦੀ ਕਾਰਵਾਈ ਰੇਡੀਓ ਤੇ ਆ ਰਹੀ ਸੀ। ਗ੍ਰੰਥੀ ਸਿੰਘ ਨੇ ਰਾਗਮਾਲਾ ਪੜ੍ਹ ਕੇ ਜਪ ਬਾਣੀ ਦਾ ਪਾਠ ਸ਼ੁਰੂ ਕਰ ਦਿੱਤਾ। ਮੇਰਾ ਖਿਆਲ ਸੀ ਕਿ ਹੋ ਸਕਦਾ ਹੈ ਕਿ ਹੋਰ ਪਾਠ ਆਰੰਭ ਕਰਨ ਲਈ ਜਪਜੀ ਦੀਆਂ 5 ਪੌੜੀਆਂ ਦਾ ਪਾਠ ਕਰਨਾ ਹੋਵੇਗਾ, ਪਰ ਸਾਰਾ ਜਪਜੀ ਦਾ ਪਾਠ ਕਰਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ। ਜੇਕਰ ਪੰਥ ਵੱਲੋਂ ਪ੍ਰਚਲਿਤ ਮਰਯਾਦਾ ਨੂੰ ਦੇਖੀਏ ਤਾਂ ਜ਼ਿਆਦਾ ਥਾਈਂ ਪਾਠ ਦੇ ਭੋਗ ਸਮੇਂ ਆਨੰਦ ਸਾਹਿਬ ਦੀਆਂ 6 ਹੀ ਪੌੜੀਆਂ ਪੜ੍ਹੀਆਂ ਜਾਂਦੀਆਂ। ਛਪੀ ਰਹਿਤ ਮਰਯਾਦਾ ਅੰਦਰ ਛਾਪੇ ਦੀ ਗਲਤੀ ਜਾਂ ਲਿਖਣ ਸਮੇਂ ਸਪਸ਼ਟ ਨਾ ਲਿਖਿਆ ਹੋਣ ਕਾਰਨ ਕੋਈ ਇੱਕ ਅੱਧਾ ਵਿਅਕਤੀ ਹੀ ਅੜੀ ਕਰਦਾ ਹੈ ਕਿ ਪਾਠ ਦਾ ਭੋਗ ਪੂਰਾ ਆਨੰਦ ਸਾਹਿਬ ਪੜ੍ਹ ਕੇ ਪਾਇਆ ਜਾਵੇ। ਦੂਸਰਾ, ਅਸੀਂ ਕਈ ਰੀਤਾਂ ਸਥਾਨਕ ਤੌਰ ਤੇ ਪ੍ਰਚਲਿਤ ਕਰ ਦਿੱਤੀਆਂ ਹਨ ਅਤੇ ਉਹਨਾਂ ਪ੍ਰਤੀ ਨਾ ਹੀ ਕਦੀ ਪੁੱਛ ਗਿੱਛ ਕੀਤੀ ਜਾਂਦੀ ਹੈ ਤੇ ਨਾ ਹੀ ਰਹਿਤ ਮਰਯਾਦਾ ਨੂੰ ਵਿਚਾਰਿਆ ਜਾਂਦਾ ਹੈ। ਆਮ ਸੰਗਤਾਂ ਨੂੰ ਕੋਈ ਦਿਲਚਸਪੀ ਨਹੀਂ ਹੁੰਦੀ। ਹਾਂ, ਜੇਕਰ ਪਾਠ ਦਾ ਭੋਗ ਲੇਟ ਹੋਵੇ ਅਤੇ ਪ੍ਰਬੰਧਕ ਆਖਣ ਕੇ ਪੂਰਾ ਆਨੰਦ ਸਾਹਿਬ ਪੜ੍ਹਿਆ ਜਾਵੇ ਤਾਂ ਕਦੀ ਕਦੀ ਸੰਗਤਾਂ ਅੱਕ ਜਾਂਦੀਆਂ ਹਨ। ਜਿੱਥੋਂ ਤੱਕ ਪਾਠ ਦੇ ਮਹਾਤਮ ਦੀ ਗੱਲ ਹੈ, ਉਸ ਵਿੱਚ ਕੋਈ ਫਰਕ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ ਹੈ। ਪਾਠ ਕਰਨ ਵੇਲੇ ਆਨੰਦ ਸਾਹਿਬ ਤੇ ਜਪਜੀ ਸਾਹਿਬ ਹੋਰ ਸ਼ਬਦ ਜਿਨ੍ਹਾਂ ਨੂੰ ਕਈ ਵਾਰ ਪਾਠ ਸਮਾਪਤੀ ਲਈ ਪੜ੍ਹਨਾ ਜ਼ਰੂਰੀ ਸਮਝਦੇ ਹਨ ਨੂੰ ਪਹਿਲਾਂ ਪੜ੍ਹਿਆ ਜਾਂਦਾ ਹੈ ਤਾਂ ਉਹੀ ਪਾਠ ਦੁਬਾਰਾ ਪੜ੍ਹੇ ਜਾਣ ਨਾਲ ਕੋਈ ਵੱਧ ਮਹਾਤਮ ਨਹੀਂ ਮਿਲਦਾ। ਉਂਝ ਵੀ ਰਸਮੀ ਪਾਠ ਜਾਂ ਅਖੰਡ ਪਾਠ ਜਿਨ੍ਹਾਂ ਨੂੰ ਬਿਨਾਂ ਸਮਝੇ ਕਰੀ ਜਾ ਰਹੇ ਹਾਂ ਕੋਈ ਲਾਭਕਾਰੀ ਨਹੀਂ। ਇਸ ਤੱਥ ਬਾਰੇ ਪ੍ਰਬੰਧਕਾਂ ਨੂੰ ਸਪਸ਼ਟ ਹੈ, ਪਰ ਲੋਕਾਂ ਦੀ ਪਾਠ ਪ੍ਰਤੀ ਸ਼ਰਧਾ ਅਤੇ ਦੂਸਰਾ ਗੁਰਦੁਆਰੇ ਦੀ ਆਮਦਨ ਦਾ ਸਾਧਨ ਹੋਣ ਕਾਰਨ ਅੱਖਾਂ ਮੀਟ ਕੇ ਰਸਮਾਂ ਕਰੀ ਜਾ ਰਹੇ ਹਨ। ਪਾਠ ਦਾ ਭੋਗ ਮੁਦਾਵਣੀ ਤੇ ਜਾਂ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, ਇਸ ਸੰਬੰਧ ਵਿੱਚ ਸਮੁੱਚਾ ਪੰਥ ਫੈਸਲਾ ਨਹੀਂ ਕਰ ਸਕਿਆ। ਪਹਿਲਾਂ ਬਣੀ ਰਹਿਤ ਮਰਯਾਦਾ ਵਿੱਚ ਫੈਸਲਾ ਹੋ ਗਿਆ ਸੀ ਕਿ ਪਾਠ ਦਾ ਭੋਗ ਮਦਾਵਣੀ ਤੇ ਪਾਇਆ ਜਾਵੇ, ਪਰ ਡੇਰੇ ਵਾਲਿਆਂ ਜਾਂ ਹੋਰ ਜਥਿਆਂ ਨੇ ਉਪਰੋਕਤ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਹਿਤ ਮਰਯਾਦਾ ਦੀ ਦੂਜੀ ਐਡੀਸ਼ਨ ਵਿੱਚ ਪਹਿਲੇ ਫੈਸਲੇ ਨੂੰ ਬਦਲ ਕੇ ਛਾਪ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ, ਸਧਾਰਨ ਪਾਠ ਜਾਂ ਅਖੰਡ ਪਾਠ ਦਾ ਭੋਗ ਮਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚੱਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਹੁਣੇ ਹੀ ਛਪੀ ਪੁਸਤਕ ਮੁਦਾਵਣੀ ਲੇਖਕ ਗਿਆਨੀ ਗੁਰਦੇਵ ਸਿੰਘ ਪੜ੍ਹੀ ਜਾ ਸਕਦੀ ਹੈ, ਜਿਸ ਵਿੱਚ ਰਾਗਮਾਲਾ ਕਿਵੇਂ ਚੜ੍ਹੀ, ਕਿੱਥੋਂ ਆਈ ਤੇ ਰਾਗਮਾਲਾ ਦਾ ਅਸੀਂ ਅਸਲ ਲੇਖਕ ਕੌਣ ਹੈ ਸਬੂਤਾਂ ਸਮੇਤ ਦਿੱਤਾ ਹੋਇਆ ਹੈ। ਇਸ ਸਮੇਂ ਪਾਠ ਦੇ ਭੋਗ ਦੀ ਮਰਯਾਦਾ ਹੈ ਕਿ ਪਾਠ ਪੂਰਾ ਕਰਕੇ ਚਾਹੇ ਮੁਦਾਵਣੀ ਤੇ ਭੋਗ ਪਾ ਦੇਵੋ ਜਾਂ ਰਾਗਮਾਲਾ ਪੜ੍ਹ ਲਓ। ਪਿੱਛੋਂ ਆਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ ਜਾਂਦੀਆਂ ਹਨ ਜਾਂ ਰਾਗੀ ਵਾਜੇ ਤੇ ਗਾ ਸਕਦੇ ਹਨ। ਕਈ ਵਾਰ ਸਮੂਹ ਸੰਗਤ ਰਲ ਕੇ ਵੀ ਪੜ੍ਹ ਦਿੰਦੀ ਹੈ।
ਬਹੁਤ ਥਾਵਾਂ ਤੇ ਇਹੀ ਮਰਯਾਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਹੀ ਭੋਗ ਪੈਂਦਾ ਹੈ, ਪਰ ਉੱਥੇ ਰਾਗ ਮਾਲਾ ਨਹੀਂ ਪੜੀ ਜਾਂਦੀ। ਦੂਸਰੀ ਮਰਯਾਦਾ ਜੋ ਕਿ ਨਾਨਕਸਰ ਠਾਠ ਵਾਲੇ ਜਾਂ ਉਹਨਾਂ ਦੇ ਪ੍ਰਭਾਵ ਹੇਠੇਰਿਆਂ ਵਿੱਚ ਪ੍ਰਚਲਿਤ ਹੈ, ਪਾਠ ਦੀ ਸਮਾਪਤੀ ਤੇ ਰਾਗ ਮਾਲਾ ਪੜੀ ਜਾਂਦੀ ਹੈ, ਫਿਰ ਜਪਜੀ ਦਾ ਪੂਰਾ ਪਾਠ, ਆਖਰ ਚ ਸ਼ਬਦ ਹਜ਼ਾਰੇ ਦੇ ਕੋਈ ਸ਼ਬਦ ਜਿਨ੍ਹਾਂ ਨੂੰ ਵੱਖ ਵੱਖ ਥਾਵਾਂ ਤੇ ਚੁਣ ਕੇ ਪੜਿਆ ਜਾਂਦਾ, ਫਿਰ ਅਨੰਦ ਸਾਹਿਬ ਦੀਆਂ 6 ਪੌੜੀਆਂ। ਤੀਸਰੀ ਮਰਯਾਦਾ ਪਾਠ ਦੀ ਸਮਾਪਤੀ ਉਪਰੰਤ ਰਾਗ ਮਾਲਾ, ਫਿਰ ਅਨੰਦ ਸਾਹਿਬ ਦਾ ਪੂਰਾ ਪਾਠ। ਚੌਥੀ ਮਰਯਾਦਾ ਪਾਠ ਦੀ ਸਮਾਪਤੀ ਰਾਗ ਮਾਲਾ ਪੜ੍ਹ ਕੇ ਫਿਰ ਜਪਜੀ ਪੂਰਾ, ਪਿੱਛੋਂ ਅਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹੀਆਂ ਜਾਂਦੀਆਂ ਹਨ। ਜ਼ਿਆਦਾ ਤੌਰ ਤੇ ਗੁਰਦੁਆਰਿਆਂ ਅੰਦਰ ਪੰਥਕ ਮਰਯਾਦਾ ਅਨੁਸਾਰ ਭੋਗ ਪੈਂਦਾ ਹੈ। ਪਾਠ ਦੀ ਸਮਾਪਤੀ ਚਾਹੇ ਮੁਦਾਵਣੀ ਤੇ ਜਾਂ ਰਾਗ ਮਾਲਾ ਪੜ੍ਹ ਕੇ ਕੀਤੀ ਜਾਵੇ ਅਤੇ ਪਿੱਛੋਂ ਅਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਅਰਦਾਸ ਹੁੰਦੀ ਹੈ। ਪੰਥਕ ਹਿੱਤੂਆਂ ਨੂੰ ਮਰਯਾਦਾ ਦੇ ਏਕੀਕਰਨ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਇਸ ਤੱਥ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਠ ਦੀ ਸਮਾਪਤੀ ਤੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਅਖੀਰਲੀ ਪੌੜੀ ਪੜ੍ਹੀ ਜਾਂਦੀ ਹੈ। ਬਹੁਤ ਥਾਈ ਗੁਰਦੁਆਰਿਆਂ ਅੰਦਰ ਵੀ ਇਹੀ ਮਰਯਾਦਾ ਹੈ। ਹਾਂ, ਜੇਕਰ ਫਿਰ ਵੀ ਕਿਸੇ ਨੂੰ ਸ਼ੰਕਾ ਹੋਵੇ ਤਾਂ ਧਰਮ ਪ੍ਰਚਾਰ ਕਮੇਟੀ ਨੂੰ ਚਿੱਠੀ ਲਿਖ ਕੇ ਪੁੱਛ ਗਿੱਛ ਕਰ ਲੈਣੀ ਚਾਹੀਦੀ ਹੈ। ਸੱਦ ਦਾ ਪਾਠ ਜ਼ਿਆਦਾ ਥਾਈ ਮ੍ਰਿਤਕ ਸੰਸਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸੱਦ ਬਾਣੀ ਦਾ ਪਾਠ ਕੀਤਾ ਜਾਂਦਾ ਹੈ। ਇਸ ਸੰਬੰਧੀ ਸਿੱਖ ਰਹਿਤ ਮਰਯਾਦਾ ਅੰਦਰ ਕੋਈ ਵੇਰਵਾ ਨਹੀਂ। ਇਸ ਤੋਂ ਭਾਵ ਹੈ ਕਿ ਪਾਠ ਦੀ ਸਮਾਪਤੀ ਉਪਰੰਤ ਸੱਦ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ। ਹਵਾਲਾ ਧਾਰਮਿਕ ਸੰਸਕਾਰਾਂ ਨਾਲ ਜੁੜੇ ਵਹਿਮ ਅਤੇ ਭਰਮ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।